11 ਦੇ ਐਲਆਈਜੀ ਮਕਾਨਾਂ ਵਿੱਚ ਪਾਰਕਿੰਗ ਦੀ ਥਾਂ ਤੇ ਲੱਗੇ ਗੇਟਾਂ ਦਾ ਕਬਜ਼ਾ ਹਟਾਉਣ ਗਈ ਗਮਾਡਾ ਟੀਮ ਨੂੰ ਵਸਨੀਕਾਂ ਨੇ ਬੇਰੰਗ ਮੋੜਿਆ। ਵਸਨੀਕਾਂ ਦੇ ਵਿਰੋਧ ਕਾਰਨ ਨਹੀਂ ਹੋ ਪਾਈ ਕਾਰਵਾਈ। ਗਮਾਡਾ ਦੀ ਕਾਰਵਾਈ ਦਾ ਵਿਰੋਧ ਕਰਨ ਵਾਲੀ ਅਕਾਲੀ ਆਗੂ ਕਸ਼ਮੀਰ ਕੌਰ ਨੇ ਗਮਾਡਾ ਕਰਮਚਾਰੀਆਂ ਤੇ ਖਿੱਚਤੂ ਕਰਨ ਦਾ ਇਲਜ਼ਾਮ ਲਗਾਇਆ। स्थानक फेस 11 दे LIG मकाना विच वाहना दी पार्किंग लई पौड़ियां दे नाल लगदी थां दे दोवें पासे गेट लगा के रस्ता बंद करन अते पौड़ियां दे हेठा आमदी थां ते वखरा गेट लगा के किते कब्जे विरुद्ध फेस दे ही एक वसनीक राजकुमार वल्लों दित्ती शिकायत ते कब्जा हटाउन गई गमाडा दी टीम नूं वसनीका दे सख्त विरोध कारण बेरंग परतना पिया। इस दौरान उस वेले हालात तनावपूर्ण हो गए जदों गमाडा दी इस कार्रवाई दे खिलाफ अकाली आगू कश्मीर कौर जो इसे ब्लाक दी वसनीक है गमाडा दे अधिकारियां ते खिचतू दा इल्जाम लगाउंदिया गेट दे सामने लेट गई अते गमाडा दे कर्मचारियां अते अधिकारियां नू अपनी कार्रवाई नू विचाले ही रोकना पै गया। प्रापर जानकारी अनुसार गमाडा दी टीम सवेरे 10:30 बजे दे करीब फेज 11 पहुंची सी अते टीम वल्लो अजे अपनी कार्रवाई आरंभ करन दी तैयारी ही कीती जा रही सी कि इसे ब्लाक विच रहिंदी अकाली आगू कश्मीर कौर मौके ते पहुंच गई अते गमाडा दी कार्रवाई दा विरोध किता। इस मौके कथित तौर ते गमाडा दे सुरक्षा कर्मचारियां अते होर अमले वल्लों कश्मीर कौर नाल धक्का मुक्की कीती गई जिस कारण ओह हेठा डिग पई अते उन्हां ने उसे थां लेट के धरना दे दिता। इस मौके आसपास दे लोग भी इकट्ठे हो गए अते हालात तनावपूर्ण हुंदे वेख गमाडा दे कर्मचारियां वल्लों अपनी कार्रवाई रोक दिती गई। ਕਮਾਂਡਾ ਵਾਲੇ ਆਏ ਮੈਨੂੰ ਇਹਨਾਂ ਨੋਟਿਸ ਦਿੱਤਿਆਂ ਮੈਂ ਉੱਪਰੋਂ ਕਹਿ ਦਿੰਦੀ ਮੈਂ ਚਾਬੀ ਲੈ ਕੇ ਆਈ ਮੇਰੀ ਆਂਦੀ ਨੂੰ ਤਾਲਾ ਟੁੱਟ ਜਾਂਦਾ ਮੇਰੀ ਆਂਦੀ ਨੂੰ ਤਾਲਾ ਟੁੱਟ ਜਾਂਦਾ ਮੇਰੀ ਆਂਦੀ ਨੂੰ ਗੇਟ ਕੱਟਿਆ ਜਾਂਦਾ ਗੇਟ ਕੱਟਿਆ ਬੈਠੋ ਹੁਣ ਮੈਂ ਆਈ ਹਾਂ ਗੇਟ ਕੱਟਦੇ ਤੇ ਮੇਰੇ ਤੇ 15 ਜਣੇ ਪੁਲਿਸ ਵਾਲੇ ਦੋ ਮੁਲਾਜ਼ਮਾਂ ਦੀਆਂ ਅਤੇ ਰਾਜਕੁਮਾਰ ਇਹ ਸਾਰੇ ਮੇਰੀ ਹੱਥੀ ਪੈ ਗਏ ਮੈਨੂੰ ਇੱਥੇ ਧੂ ਧੂ ਕਹਿ ਰਿਹਾ ਮਾਰਿਆ ਮੇਰਾ ਸੱਟਾਂ ਲੱਗੀਆਂ ਵਾ ਆਹ ਸੱਟਾਂ ਲੱਗੀਆਂ ਵਾ ਗੁੱਜੀਆਂ ਸੱਟਾਂ ਲੱਗੀਆਂ ਵਾ ਮੇਰਾ ਗਲਾ ਕੁੱਟਣ ਦੀ ਇਹਨਾਂ ਨੇ ਕੋਸ਼ਿਸ਼ ਕਰੀ ਜਾਨੋ ਇਹਨਾਂ ਨੇ ਕੱਢ ਦਿੱਤਾ ਬਸ ਬੋਲਦੀ ਬੋਲਦੀ ਨੂੰ ਮੈਨੇ ਇਹਨਾਂ ਨੇ ਢਾ ਲਿਆ। ਇਸ ਮੌਕੇ ਵਸਨੀਕਾਂ ਬਾਲਾ ਠਾਕੁਰ ਪਿੰਕੀ ਸੋਨੀ ਜਸਵੰਤ ਕੌਰ ਸਰਨਾ ਸੋਨੀਆ ਅਮਨ ਲੂਥਰਾ ਪ੍ਰੀਤਮ ਸਿੰਘ ਆਦਿ ਨੇ ਕਿਹਾ ਮਾਮਲਾ ਇਹ ਆ ਜੀ ਗਰਿੱਲ ਦਾ ਮਾਮਲਾ ਇਹ ਜਦੋਂ ਦੇ 84 ਦੇ ਦੰਗਿਆਂ ਪੀੜਤ ਪਰਿਵਾਰ ਹੈ ਇੱਥੇ ਅਤੇ ਇਹ ਸਭ ਤੋਂ ਸੀਨੀਅਰ ਬੀਬੀ ਆ ਜਾਣੀ ਕਿ ਮੰਨੀ ਜਾਂਦੀ ਠੀਕ ਹੈ ਇਹਦੇ ਨਾਲ ਆਣ ਕੇ ਬਿਨਾਂ ਨੋਟਿਸ 'ਤੇ ਬਿਨਾਂ ਇਨਫੋਰਮ ਕੀਤੇ ਇੱਕ ਮੈਸੇਜ ਵੀ ਨਹੀਂ ਲਾਇਆ ਨੋਟਿਸ ਤਾਂ ਬੜੀ ਦੂਰ ਦੀ ਗੱਲ ਆ ਇੱਕ ਮੈਸੇਜ ਵੀ ਇਹਦੇ ਘਰ ਤੱਕ ਨਹੀਂ ਜਾ ਕੇ ਲਾਇਆ ਕਿ ਭਾਈ ਅਸੀਂ ਥੱਲੇ ਗਰਿੱਲ ਦੇ ਮਾਮਲੇ 'ਚ ਆਏ ਹਾਂ ਕਿ ਬੀਬੀ ਥੱਲੇ ਆ ਤੂੰ ਬੈਠ ਕੇ ਜਾਂ ਆਰਾਮ ਨਾਲ ਗੱਲ ਕਰ ਇਹਦਾ ਕੀ ਮਾਮਲਾ ਸਾਨੂੰ ਦੱਸ ਆਣ ਕੇ ਸਿੱਧਾ ਧੱਕਾ ਕੀਤਾ ਅਤੇ 15 ਬੰਦੇ ਪੈ ਗਏ ਜੀ ਇਹਨੂੰ ਆ ਕੇ 15 ਬੰਦੇ ਗਰਿੱਲਾਂ ਹੋਰ ਕਿਤੇ ਵੀ ਲੱਗੀਆਂ ਹੋਈਆਂ ਗਰਿੱਲਾਂ ਪੂਰੇ 11 ਫੇਸ ਦੇ ਵਿੱਚ 25-25 30-30 ਸਾਲਾਂ 'ਚ ਕਿੰਨੇ ਬਲਾਕਾਂ ਦੇ ਵਿੱਚ ਗਰਿੱਲਾਂ ਲੱਗੀਆਂ ਕੋਈ ਇੱਦਾਂ ਦਾ ਕਦੀ ਮਾਮਲਾ ਨਹੀਂ ਹੋਇਆ ਜਦੋਂ ਕੋਈ ਦੁੱਖ ਸੁੱਖ ਹੋਇਆ ਵਾ ਸਹਿਮਤੀ ਦੇ ਨਾਲ ਗਰਿੱਲਾਂ ਖੋਲੀਆਂ ਵੀ ਜਾਂਦੀਆਂ ਗੋਲੀਆਂ ਨੇ ਪਾਇਆ ਸੀ ਅੱਜ ਤੇ 4-5 ਸਾਲ ਪਹਿਲੇ ਜਿੱਤੀ ਹੈ ਇਹ 5-7 ਸਾਲ ਪਹਿਲਾਂ ਇਹ ਕੇਸ ਜਿੱਤੇ ਆ ਜਿਹਦੇ 'ਚ ਬੀਬੀ ਬਾਲਾ ਠਾਕੁਰ ਗਵਾਹ ਵਾ ਜੀ ਬੀਬੀ ਸਰਨਾ ਜਸਵੰਤ ਕੌਰ ਸਰਨਾ ਵੀ ਗਵਾਹ ਵਾ ਜਿਹਦੀ ਆ ਕੋਰਟ ਦੀ ਸਾਡੇ ਕੋਲ ਜਿੱਤ ਦੀ ਆਰਡਰ ਦੀ ਕਾਪੀ ਵੀ ਆ ਜੱਜ ਸਾਹਿਬ ਦੀ ਆਰਡਰ ਦੀ ਕਾਪੀ ਵੀ ਆ ਫਿਰ ਇਹਨਾਂ ਤੇ ਵੀ ਹੁਣ ਬਣ ਦੀ ਕਾਰਵਾਈ ਹੋਵੇ ਵੀ ਪਹਿਲਾਂ ਤੁਸੀਂ ਆਣ ਕੇ ਤੁਹਾਨੂੰ ਪਤਾ ਇਹ ਸੁਰਖੀਆਂ ਦੇ ਵਿੱਚ ਪਹਿਲਾਂ ਵੀ ਮਾਮਲਾ ਆਇਆ ਸੀਗਾ ਇਹ ਰਾਜਨੀਤੀ ਸੀ ਰਾਜਨੀਤੀ
मौके ते पहुंचे गमाडा दे SDO हाउसिंग अवदीप सिंह ने धरना लगा के बैठे लोगों नू मनाउन दी कोशिश कीती, पर लोग नहीं मने, जिस तो बाद गमाडा दी टीम वापस परत गई। ओना कहा, सरकारी जमीन ते कब्जा कीता, पहला भी एक बारी खलवाया इन्होंने, फिर ते कब्जा कीता, ओ खलवाना है आपां। ते की कहंदे इतराज इन्हां दे की है? इह कहंदे साडा कोर्ट केस आ, मगर कोर्ट केस दे कोई दस्तावेज नहीं हैगे इन्हां कोले। इस मामले दे शिकायतकर्ता राजकुमार ने कहा, ਸਾਡੇ ਮੁਹੱਲੇ ਦੇ ਉੱਪਰ 1447/22/23 ਦੀ ਜਿਹੜੀ ਮਾਲਕਣ ਹੈ ਉਸਨੇ ਪੂਰੀ ਜਿੱਥੇ ਨੀਚੇ ਗੈਰਿਜ ਦੇ ਸਾਰੇ ਬਲੋਕ ਦੀ ਪ੍ਰੋਪਰਟੀ ਹੈ ਉਸਤੇ ਕਬਜ਼ਾ ਕੀਤਾ, ਮੋਟਰਸਾਈਕਲ ਸਕੂਟਰ ਦੀ ਸਾਡੀ ਜਗ੍ਹਾ ਹੈ, ਠੀਕ ਹੈ ਨਾ ਜੀ। ਕਰਕੇ ਤੋ ਸਾਨੂੰ ਬਹੁਤ ਪ੍ਰੋਬਲਮ ਹੋ ਰਹੀ, ਅਸੀਂ ਕਮਾਂਡਰ ਨੂੰ ਰਿਕੁਐਸਟ ਕਰਦੇ ਕਿਸ ਜਗ੍ਹਾ ਨੂੰ ਖਾਲੀ ਕਰਾਓ, ਸਾਨੂੰ ਬਹੁਤ ਪ੍ਰੋਬਲਮ ਹੋ ਰਹੀ ਹੈ, ਸਾਡੀ ਲੇਡੀ ਸਾਰੀ ਡਿਪਰੈਸ਼ਨ 'ਚ ਆ ਔਰ ਪੂਰੇ ਸਾਂਝੇ ਮੁਹੱਲੇ ਦੀ ਕੰਪਲੇਂਟ ਹੈ। ਅਤੇ ਹੁਣ ਗਮਾਂਡਾ ਵਾਲੇ ਆਏ ਕੀ ਕਹਿ ਗਏ? ਗਮਾਂਡਾ ਵਾਲੇ ਕਹਿੰਦੇ ਵੀ ਅਸੀਂ ਥੋੜ੍ਹੀ ਦੇਰ ਖਾਲੀ ਕਰਵਾ ਰਹੇ ਔਰ ਅਸੀਂ 6 ਮਹੀਨੇ ਤੋਂ ਗਮਾਂਡਾ ਜਾ ਕੇ ਥੱਕੇ, ਸਾਰਾ ਮਤਲਬ ਸਾਨੂੰ ਬਹੁਤ ਪਰੇਸ਼ਾਨੀ। कुल मिला के गमाडा की यह कार्रवाई भावें रुक गई है, परंतु गमाडा अधिकारियों का कहना है कि छेती ही इस कार्रवाई को मुकम्मल किया जाएगा, जिस कारण वसनीका ते गमाडा की कार्रवाई की तलवार लमकती ही रहनी है। स्काई हाक टाइम्स लई जसविंदर सिंह की रिपोर्ट।